ਪੰਡਾ ਡਾਈ ਰੱਖਣ ਲੇਕਿਨ ਉਹ ਤਿਆਰੀ ਵਾਲ ਦਿਨ ਨਾ ਠੰਡਾ ਕਬ ਕੁੱਤ ਆਹ ਇਹ ਤਾਂ ਤੁਸੀਂ ਆਲਰੇਡੀ ਪਾਉਂਦੇ ਹੋ ਉਹ ਦੀਸ਼ਕਸ ਦੇ ਵਜ੍ਹਾ ਬਣਦੀ ਹਾਂਜੀ ਜਦੋਂ ਤੁਸੀਂ ਕੁੱਤ ਠੰਡਾ ਉੱਡ ਰਿਆ ਠੰਡਾ ਪਿੱਛੇ ਉੱਡ ਰਿਆ ਉਹਨੂੰ ਤੁਸੀਂ ਸਵੇਰ ਨੂੰ ਬਾਦੀ ਆ ਉਹਨੂੰ ਗਰਮ ਕਰਕੇ ਛੱਡੋਗੇ ਪੀੜਾ ਕਢ ਦੇਗਾ ਬੰਦੇ ਦੀ ਤੇ ਪਰਿੰਦਾ ਆਪ ਹੀ ਤਾਂ ਤੰਦਰੁਸਤ ਰਹੇ ਉਹਨੇ ਔਲਾਦ ਕੀ ਪਾਲਣੀ ਸਹੀ ਗੱਲ ਕੁੱਤ ਤੰਦਰੁਸਤ ਹੋਵੇ ਤਾਂ ਮਾਪੇ ਤੇ ਫੇਰ ਉਹ ਬੱਚੇ ਪਾਲਦਾ ਇਸ ਵਾਸਤੇ ਹੁਣ ਐਡੀ ਸਰਦੀ ਆ ਰਹੀ ਨਾ ਜੀ ਇਹਦੇ ਚਾਹੀਦੀ ਆ ਕਿ ਤੁਸੀਂ ਮਾਪੇ ਬਾਪ ਦੀ ਵੀ ਖਿਦਮਤ ਕਰੋ ਤੇ ਨਾਲ ਜਿਹੜੀ ਹੁੰਦੀ ਔਲਾਦ ਹੈ ਨਾ ਜੀ ਛੋਟੀ ਛੋਟੀ ਉਦੋਂ ਤੋਂ ਸ਼ੁਰੂ ਕਰਦੇ ਹਾਂ ਮੀਆਂ ਮੰਸ਼ਾ ਹਿੰਦੁਸਤਾਨ ਦੀ ਕਬੂਤਰਵਾਦ ਨਹੀਂ ਸੀ ਮੀਆਂ ਮੰਸ਼ਾ ਪੈਦਾ ਇਥੇ ਆ ਗਏ ਇਹ ਪਤਾ ਕਿ ਪਾਕਿਸਤਾਨ ਦੇ ਵਿੱਚ ਉਹਨੇ ਤਾਂ ਹੁਣ ਸਵਾਲ ਕਰ ਦਿੱਤਾ ਮੇਰਾ ਬਹੁਤ ਅੱਛਾ ਦੋਸਤ ਸੀ ਮੇਰਾ ਉਹ ਦੋਸਤ ਜਿੱਥੇ ਹਫ਼ਤੇ 'ਚ ਇੱਕ ਦਫ਼ਾ ਮੈਂ ਰਾਤ ਰਿੰਦਾ ਸੀ ਉਹ ਚੱਕ ਜਾ ਕੇ ਫੁੱਲ ਰਵੰਤ ਤਸੀਮ ਦੀਪਾਲਪੁਰ ਇੱਕ ਹਫ਼ਤੇ ਅਗਲੇ ਹਫ਼ਤੇ ਹੋਰ ਆ ਰਹਿੰਦਾ ਸਾਥੇ ਇਨੀ ਦੁੱਲੇ ਦਾ ਜ਼ਰੂਰ ਨਾ ਸੈਵਨ ਰਹਿ ਗਿਆ ਦੁੱਲਾ ਉੱਥੇ ਫਰੀਦਕੋਟ ਦੇ ਉਸਤਾਦ ਸੀ ਔਰ ਪਾਕਿਸਤਾਨ ਦੇ ਵਿੱਚ ਵੀ ਮੈਂ ਸਮਝਦਾ ਉਹ ਕੋਟ ਨਿਆਲ ਸਿੰਘ ਤਸੀਲ ਉਖੜਾ ਜ਼ਿਲ੍ਹਾ ਉਖੜਾ ਸ਼ਹਿਰ ਦੇ ਅੰਦਰ ਰਹਿੰਦਾ ਸੀ ਬਲਕਿ ਪੰਜ ਚੱਕ ਕਹੇ ਲੋ ਪੰਜ ਚੱਕ ਕਹੇ ਲੋ ਲੇਕਿਨ ਕੋਟ ਨਿਆਲ ਸਿੰਘ ਕੇ ਨੇ ਉਹ ਕਹਿੰਦੇ ਅਸੀਂ ਲੋਕਾਂ ਨੇ ਹਾਂਡੀ ਚ ਪੋਣੀ ਇਹ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂ ਇਹ ਹਲਦੀ ਮਰਚ ਨਮਕ ਲਸਣ ਗੰਡਾ ਪਿਆਜ਼ ਇਹ ਚਸਕੇ ਵਾਸਤੇ ਨੇ ਬਣਾਇਆ ਗਿਆ ਇਹ ਤਬੀਬਾਂ ਨੇ ਹਾਂਡੀ ਬਣਾਈ ਆ ਤਬੀਬਾਂ ਨੇ ਹਕੀਮਾਂ ਨੇ ਜਿਹੜੇ ਲੋਕਾਂ ਨੇ ਹਾਲ ਦੀ ਤਰਫ ਚਲਦੇ ਆ ਜੀ ਬਹੁਤ ਕਹਿੰਦਾ ਤੁਸੀਂ ਇਸ ਦਾ ਵੀ ਬਹੁਤ ਅੱਛਾ ਜਵਾਬ ਦਿੱਤਾ ਦੋਸਤਾਰੋ ਅਗਲਾ ਸਵਾਲ ਆ ਜੀ ਗੁਰਮਖ ਸਿੰਘ ਦਾ ਇਹ ਕਹਿੰਦਾ ਜੀ ਬਾਜ਼ੀ ਤੋਂ ਇੱਕ ਦਿਨ ਪਹਿਲੇ ਕਬੂਤਰ ਅਸੀਂ ਤਿਆਰ ਕਰਦੇ ਆ ਵਜ਼ਰ ਘਟਾ ਜਿੰਦੇ ਆ ਉਹ ਵਜਾ ਇਹ ਆ ਜੁਲਾ ਇੱਕ ਤਾਂ ਜੁਲਾ ਜਿਹਦੇ ਮੈਂ ਅੱਗੇ ਬਾਰੇ-ਬਾਰ ਗੱਲ ਕਰਦਾ ਅਗਰ ਸਰਦਾਰ ਸਾਹਿਬਾਨ ਨੂੰ ਮੇਰੀ ਤਰਫੋਂ ਗੁਦਾਰਸ਼ ਕਰਨਾ ਕਿ ਜਿਸ ਤੀ ਨਾਲ ਗਰਮ ਕਰਦੇ ਆ ਜਿਸ ਤੀ ਨਾਲ ਕਬੂਤਰ ਠੰਡਾ ਉਡਾਉਂਦੇ ਸਹੀ ਕਬੂਤਰ ਗਰਮ ਨਹੀਂ ਕਰਦੇ ਨਹੀਂ ਠੰਡਾ ੜਾਈ ਰੱਖਣ ਹਾਂਜੀ ਲੇਕਿਨ ਉਹ ਤਿਆਰੀ ਵਾਲ ਦਿਨ ਨਾ ਠੰਡਾ ਕਰ ਕੂਤਰ ਨੂੰ ਆ ਇਹ ਤਾਂ ਤੁਸੀਂ ਆਲਰੇਡੀ ਪਹਿਲਾਂ ਉਹ ਦੀਸ਼ਕਸ ਦੇ ਵਜਾਇ ਬਣਦੀ ਜਦੋਂ ਤੁਸੀਂ ਕੂਤਰ ਠੰਡਾ ਉੱਡ ਰਿਆ ਠੰਡਾ ਪਿੱਛੋਂ ਉੱਡ ਰਿਆ ਉਹਨੂੰ ਤੁਸੀਂ ਸਵੇਰ ਨੂੰ ਬਾਦੀ ਆ ਉਹਨੂੰ ਗਰਮ ਕਰਕੇ ਛੱਡੋਗੇ ਪੀੜਾ ਕੱਢ ਦੇਗਾ ਬੰਦੇ ਦੀ ਇਹ ਤਾਂ ਪਰਦਾ ਲਾਈ ਜਾਂਦੇ ਹੋ ਉਸਤਾ ਜੀ ਪਰਦਾ ਕਾਦਾ ਇਹ ਕੋਈ ਚੋਰੀ ਆ ਪਰਦਾ ਤਾਂ ਬਣਾ ਬੁ ਖੁਫੀਆ ਗੱਲ ਹੈ ਕੋਈ ਇਹ ਸਹੀ ਗੱਲ ਹੈ ਜੀ ਅਗਰ ਕੋਈ ਕੂਤਰ ਠੰਡਾ ਉੱਡ ਰਿਆ ਉਹਨੂੰ ਤੁਸੀਂ ਬਾਦੀ ਤੋਂ ਇੱਕ ਦਿਨ ਪਹਿਲਾਂ ਗਰਮ ਕਰਕੇ ਛੱਡ ਦਿਓ ਉਹ ਮਾਰ ਮਾਰ ਕੇ ਚੰਗਾ ਉੱਡੇਗਾ ਜੀ ਨਚੋੜਦੇ ਦਾ ਮੁਖਾਲਫਾ ਤੇ ਜੇ ਠੰਡਾ ਹੀ ਉਦਨ ਕਰਨਾ ਤਾਂ ਫਿਰ ਪਹਿਲਾਂ ਠੰਡਾ ਆ ਰਿਆ ਤਾਂ ਫਿਰ ਗੁੱਦੇ ਭਈ ਉਹ ਖਰਾਬ ਹੋਏਗਾ ਫਿਰ ਉਹਦਾ ਇਲਾਜ ਕੋਈ ਨਹੀਂ ਹਾਂਜੀ ਬਿਲਕੁਲ ਸੱਚੀ ਕਹਿੰਦਾ ਜੀ ਉਸਤਾਦ ਜੀ ਅਗਲਾ ਸਵਾਲ ਆ ਜੀ ਸਾਡੇ ਅਮਨਦੀਪ ਨੇ ਉਹ ਕਹਿੰਦਾ ਜੀ ਸਰਦੀ ਜਿਵੇਂ ਸਰਦੀ ਚਲਦੀ ਆ ਮਜਬੂਰੀ ਬਣ ਗਈ ਸੀ ਬੱਚੇ ਪਰੋਣਿਆਂ ਬਾਜ਼ੀਆਂ ਨੂੰ ਖੇਡਣੀਆਂ ਤੇ ਬੱਚੇ ਪਲਦੇ ਨਹੀਂ ਸਰਦੀ ਚ ਉਹਦੀ ਵਜ੍ਹਾ ਕਿ ਅੱਜ ਕੱਲ ਸਰਦੀ ਦੇ شدید ਸਰਦੀ ਦੇ ਚਕੂਤਰ ਦਾਣਾ ਮਤਲਬ ਇਹ ਆ ਵੀ ਪਾਣੀ ਦਾਣਾ ਕਟਖੰਦੇ ਖੁਦ ਵਿੱਚੋ ਘਟ ਦਿੰਦੇ ਆ ਆਪ ਵੀ ਪਿਚ ਕੇ ਜਾਂਦੇ ਆ ਜੇ ਪਰਿੰਦਾ ਆਪ ਹੀ ਨਾ ਤੰਦਰੁਸਤ ਰਵੇ ਉਹਨੇ ਔਲਾਦ ਕੀ ਪਾਲਣੀ ਸਹੀ ਗੱਲ ਹੈ ਜੀ ਕਬੂਤਰ ਤੰਦਰੁਸਤ ਹੋਵੇ ਤਾਂ ਮਾਪੇ ਤਾਂ ਫੇਰ ਉਹ ਬੱਚੇ ਪਾਲਦਾ ਇਸ ਵਾਸਤੇ ਹੁਣ ਐਡੀ ਸਰਦੀ ਆ ਰਹੀ ਨਾ ਜੀ ਇਹਦੇ ਚਾਹੀਦੀ ਆ ਕਿ ਤੁਸੀਂ ਮਾਪੇ ਦੀ ਵੀ ਖੇਦਮਤ ਕਰੋ ਤੇ ਨਾਲ ਜਿਹੜੀ ਹੁੰਦੀ ਔਲਾਦ ਨਾ ਜੀ ਛੋਟੀ ਛੋਟੀ ਉਦੋਂ ਤੋਂ ਸ਼ੁਰੂ ਕਰ ਦਿਓ ਕੀ ਬਾਤ ਹੈ ਖੁਰਾਕ ਦੇਣੀ ਸ਼ੁਰੂ ਕਰ ਦਿਓ ਸਰੀ ਲੱਗ ਦੇਣਾ ਸ਼ੁਰੂ ਕਰ ਦਿਓ ਚਨੇ ਡਰਾਈ ਕਰਕੇ ਦੇਣੇ ਸ਼ੁਰੂ ਕਰ ਦਿਓ ਤੇ ਜੇ ਬਹੁਤੇ ਤੁਸੀਂ ਨਰਜੀ ਸਹੀ ਕਰਨੀ ਨਾ ਜੀ ਇੱਕ ਆਂਡਾ ਕੱਚਾ ਲੈ ਲਿਆ ਕਰੋ ਆ ਫਾਰਮੀ ਆਂਡਾ ਹਾਂਜੀ ਭਾਈਆ ਦੁੱਧ ਲੈ ਲਿਆ ਉਹਨੂੰ ਤੋੜ ਕੇ ਵਿੱਚ ਪਾ ਕੇ ਫੈਂ ਲਿਆ ਦਾਸੀ ਸੀ ਮਾਂ ਨੂੰ ਦਿੱਤਾ ਦਾਸੀ ਸੀ ਪਿਓ ਨੂੰ ਦਿੱਤਾ ਦੋ ਬੱਚੇ ਦਾਸੀ ਸੀ ਨੂੰ ਦਿੱਤਾ ਤੇ ਅੱਲਾਹ ਦੇ ਹੁਕਮ ਨਾਲ ਕਮਜ਼ੋਰ ਹੁੰਦੇ ਹੀ ਨਹੀਂ ਬੱਚੇ ਵੀ ਠੀਕ ਪਲਣਗੇ ਗਰੋਥ ਮਜ਼ਬੂਤ ਹੋਏਗੀ ਕੀ ਬਾਤ ਆ ਜੀ ਆਂਡੇ 'ਚ ਪ੍ਰੋਟੀਨ ਹੁੰਦੀ ਆ ਹਾਂਜੀ ਪ੍ਰੋਟੀਨ ਗਰੋਥ ਮਜ਼ਬੂਤ ਕਰਦਾ ਇਸ ਵਾਸਤੇ ਆਂਡੇ ਨੂੰ ਆਮ ਨਾ ਸਮਝੋ ਪਰਿੰਦੇ ਨੂੰ ਪਰਿੰਦੇ ਨੂੰ ਆਂਡਾ ਆਉਣ ਲੱਗੇ ਤਾਂ ਬੁਢਾਪਾ ਨਹੀਂ ਆਉਂਦਾ ਪਰਿੰਦੇ ਤੇ ਕੀ ਬਾਤ ਆ ਜੀ ਆ ਏ ਨੋਂ ਵੀ ਗਾਂਡੇ ਦੇ ਦੇ ਮਾਰਦੇ ਮੇਰੇ ਵਾਸਤੇ ਨਵੀਂ ਗੱਲ ਆ ਜੀ ਸਾਰੇ ਦੋਸਤ ਸੁਣਦੇ ਪਏ ਇਹਨਾਂ ਵਾਸਤੇ ਵੀ ਸ਼ਾਇਦ ਨਵੀਂ ਗੱਲ ਹੋਏਗੀ ਜਿਹੜਾ ਕਿ ਕਬੂਤਰਾਂ ਨੂੰ ਆਂਡਾ ਦੁੱਧ ਚ ਫੈਂਡ ਕੇ ਦੇ ਦਿੱਤਾ ਜਾਂਦਾ ਮੇਰੇ ਵਾਸਤੇ ਤਾਂ ਨਵੀਂ ਗੱਲ ਨਹੀਂ ਮੈਂ ਤਾਂ ਨੀਮ ਗਰਮ ਦੁੱਧ ਚ ਹਮੇਸ਼ਾ ਜਦੋਂ ਬੱਚੇ ਦੀ ਪਰਵਰਿਸ਼ ਕਰ ਦੇਣਾ ਸੀ ਅਸੀਂ ਰਾਤ 10 ਦਾ ਸੀ ਜੀ ਜ਼ਰੂਰ ਦਿੰਦੇ ਆ ਉਹਦੇ ਮਾਪਿਆਂ ਨੂੰ ਦਿੰਦੇ ਬਲਕਿ ਮੈਂ ਤਾਂ ਉਹਨੇ ਇੱਕ ਮੇਰੇ ਕੋਲ ਹੈ ਨਹੀਂ ਪਰਚਾ ਤੇ ਮੈਂ ਤੁਹਾਨੂੰ ਦੱਸਾਂ ਮੈਂ 18 ਚੀਜ਼ਾਂ ਦਾ ਅਸੀਂ ਇੱਕ ਬਣਾ ਕੇ ਰੱਖਿਆ ਉਹਦੇ ਚ ਮਾਜੂਨ ਜਿਹੜਾ ਕਿ ਅਸੀਂ ਚਨੇ ਦਾਣੇ ਜਿਹਨਾਂ ਦਿੰਦੇ ਆ ਤੋ ਹੈ ਬੜਾ ਕਸਟਲੀ ਬਣਾਇਆ ਹੈ ਕਮਜ਼ ਕਮ 12-15000 ਰੁਪਏ ਲਗਾ ਹੋਏਗਾ ਤੋ ਸ ਕੋਈ ਕਮਜ਼ੋਰੀ ਨਹੀਂ ਕੋ ਲੈਣਾ ਦੇਣ ਲੇਕਿਨ ਪੈਸੇ ਲੱਗਦੇ ਹੈ ਹਾਂਜੀ ਤੇ ਜੇ ਤੁਸੀਂ ਆਖੋ ਮੇਰੀ ਕਣਕ ਤੇ ਜਾਂ ਮੇਰੇ ਬਾਜਰੇ ਤੇ ਕਬੂਤਰ ਕੰਨੇ ਨਹੀਂ ਨਹੀਂ ਪਾਉਂਦਾ ਕਬੂਤਰ ਕਈ ਕੁਝ ਮੰਗਦਾ ਵਟਾ ਮੰਦ ਮੰਗਦਾ ਚਲੋ ਵਟਾ ਬਾਨੇ ਪਾ ਲਓ ਸਹੀ ਗੱਲ ਹੈ ਜੀ ਇਸ ਵਾਸਤੇ ਨਾ ਜੀ ਸ਼ਾਮ ਨੂੰ ਦੇਖੋ ਜ਼ਰੂਰ ਬੇ ਬੱਚੇ ਰਜੇ ਮਾਪਿਓ ਰਜੇ ਫੇ ਤਾਂ ਕਮਜ਼ੋਰ ਨਹੀਂ ਹੁੰਦਾ ਤੇ ਜੇ ਬੱਚੇ ਰਜੇ ਮਾਪਿਓ ਭੁੱਖਾ ਤੇ ਮਾਪਿਓ ਕਮਜ਼ੋਰ ਹੋ ਜਾਏਗਾ ਇਹਨੇ ਜਿਹੜੀ ਸ਼ੱਕ ਬੇਲੀ ਹੈ ਨਾ ਜੀ ਉਹਦੀ ਤੁਸੀਂ ਆਪਣੇ ਹੱਥਾਂ ਨਾਲ ਮਦਦ ਕਰਦੇ ਹੋ ਕਿਉਂ ਇਹਨਾਂ ਨੂੰ ਫਿਰ ਤਾਂ ਗਰੋਥ ਮਜ਼ਬੂਤ ਹੋਏਗੀ ਮਜ਼ਬੂਤ ਹੋ ਜਾਏਗੀ ਬਿਲਕੁਲ ਸੱਚੀ ਗੱਲ ਹੈ ਜੀ ਉਸਤਾਦ ਜੀ ਅਗਲਾ ਸਵਾਲ ਆ ਸਾਡੇ ਲਹਿੰਦੇ ਪੰਜਾਬ ਤੋਂ ਨੇ ਦੋਸਤ ਹਨੀਫ ਅਯਾਦ ਪਿਛਲੇ ਇੱਕ ਇੰਟਰਵਿਊ 'ਚ ਤੁਸੀਂ ਮੁਕੰਮਲ ਉਸਤਾਦਾਂ ਦੀ ਤਫਸੀਲ ਦਿੱਤੀ ਜੀ ਜੀ ਕਹਿੰਦੇ 'ਚ ਕੋਈ ਦੋਸਤ ਆਦ ਰਹਿ ਗਏ ਉਹਨਾਂ ਦੇ ਬਕੌਲ ਕਿ ਉਸਤਾਦ ਮੀਆਂ ਮਨਸ਼ਾ ਤੇ ਉਸਤਾਦ ਅਬਦੁੱਲਾਹ ਰਬਦੁੱਲਾਹ ਲੋਹਾਰ ਕਾੜੇ ਵਾਲੇ ਇਹਨਾਂ ਦੇ ਬਾਰੇ ਵੀ ਤੁਸੀਂ ਕਹਿੰਦੇ ਲਾ ਓ ਠੀਕ ਜਿਹਨੇ ਗੱਲ ਕੀਤੀ ਠੀਕ ਆ ਮੈਂ ਇਸ ਗੱਲ ਦਾ ਮਾਦਰਤ ਖਾਂ ਵਾਲੇ ਕਨ ਉਹਨਾਂ ਨੂੰ ਪੂਰੀ ਗੱਲ ਦਾ ਪਤਾ ਨਹੀਂ ਹਾਂਜੀ ਮੀਆਂ ਮਨਸ਼ਾ ਹਿੰਦੁਸਤਾਨ ਦੀ ਕਬੂਤਰਵਾਦ ਨਹੀਂ ਸੀ ਸਹੀ ਮੀਆਂ ਮਨਸ਼ਾ ਪੈਦਾ ਇਥੇ ਆ ਕੇ ਹੋਇਆ ਇਹ ਪਤਾ ਕਿ ਪਾਕਿਸਤਾਨ ਦੇ ਵਿੱਚ ਉਹਨੇ ਤਾਂ ਹੁਣ ਸਵਾਲ ਕਰ ਦਿੱਤਾ ਮੇਰਾ ਬਹੁਤ ਅੱਛਾ ਦੋਸਤ ਸੀ ਮੇਰਾ ਉਹ ਦੋਸਤ ਸੀ ਜਿੱਥੇ ਹਫਤੇ 'ਚ ਇੱਕ ਦਫਾ ਮੈਂ ਰਾਤ ਰਿੰਦਾ ਸੀ ਉਹ ਚੱਕ ਜਾ ਕੇ ਫੁੱਲਰਵੰਤ ਤਹਿਸੀਲ ਦੀਪਾਲਪੁਰ ਇੱਕ ਹਫਤੇ ਅਗਲੇ ਹਫਤੇ ਉਹ ਰਾਤ ਰਿੰਦਾ ਸਾ ਕਿ ਇੰਨੀ ਦੋਸਤੀ ਸੀ ਕਬੂਤਰ ਵੀ ਇਕੱਠੇ ਹਰ ਚੀਜ਼ ਇਕੱਠੀ ਉਹ ਕਬੂਤਰਬਾਦ ਹੀ ਪਾਕਿਸਤਾਨ 'ਚ ਬਣਿਆ ਆ ਕੇ ਨੰਬਰ 1 ਕੀ ਬਾਤ ਹੈ ਇਸ ਵਾਸਤੇ ਇੰਡੀਆ 'ਚ ਉਹਦਾ ਤਦਕਰਾ ਕੋਈ ਨਹੀਂ ਉਹਦੇ ਬਾਪ ਜਿਹੜੇ ਸੀ ਉਹ ਕਬੂਤਰਬਾਦ ਨਹੀਂ ਸੀ ਲੇਕਿਨ ਹਿੰਦੂ ਪਾਕਿਸਤ ਫਿਰੋਜ਼ਪੁਰ ਦੇ ਵਿੱਚ ਬਹੁਤ بڑے ਜ਼ਿਮੀਂਦਾਰ ਸੀ 10000 ਏਕੜ ਜ਼ਮੀਨ ਸੀ ਮਨਛੇ ਦੇ ਵਾਰਿਸ ਕੀ ਬਾਤ ਹੈ ਕੀ ਬਾਤ ਮਨਛੇ ਦੇ ਵਾਰਿਸ ਅੱਲਾਹ ਦੀ ਕਬਰ ਤੇ ਅਮ ਫਰੇ ਸਾਡਾ ਦੋਸਤ ਫੌਤ ਹੋ ਗਿਆ ਇਸ ਵਾਸਤੇ ਇਹਦਾ ਜ਼ਿਕਰ ਇਸ ਵਾਸਤੇ ਨਹੀਂ ਹੋਇਆ ਕਿ ਜ਼ਿਕਰ ਹੀ ਉਹਨਾਂ ਉਸਤਾਦ ਦਾ ਜਿਹੜੇ ਇੰਡੀਆ 'ਚ ਉਸਤਾਦ ਸੀ ਤੇ ਮਨਛਾ ਉਹ ਤੇ ਉਸਤਾਦ ਸੀਗਾ ਨਹੀਂ ਤਾਂ ਪੰਚੇ ਦਾ ਕਿਵੇਂ ਜ਼ਿਕਰ ਕਰੀਏ ਮਨਛੇ ਦਾ ਹੋਣ ਵਾਲੇ ਕੀਤਾ ਜਾ ਸਕਦਾ ਜਿਹੜੇ ਪਾਕਿਸਤਾਨ ਬਣ ਤੋਂ ਬਾਅਦ ਮਨਛਾ ਬਹੁਤ ਅੱਛਾ ਖਿਡਾਰੀ ਸੀ ਕੋਈ ਸ਼ੱਕ ਨਹੀਂ ਬਹੁਤ ਮਜ਼ਬੂਤ ਕਬੂਤਰ ਸੀ ਬਹੁਤ ਅੱਛੇ ਕਬੂਤਰ ਸੀ ਨਾਇਆਬ ਕਬੂਤਰ ਸੀ ਬੜਾ ਵਾ ਅੱਛਾ ਬਲੀਡਰ ਸੀ ਕਬੂਤਰ ਦੀ ਅੱਛਾ ਦੂਸਰੀ ਸਭ ਤੋਂ ਵੱਡਾ ਇੱਕ ਮੈਂ ਕਹਿੰਦਾ ਹਿੰਦੂ ਪਾਕਿਸਤਾਨ ਦਾ ਵਾਹਿਦ ਮਨਛਾ ਸ਼ਿਕਾਰੀ ਹੋਏਗਾ ਹੁਣ ਜਿਹੜਾ ਆਪਣੀ ਛਤਰੀ ਨਾਲ ਖੁਦ ਕੂਤਰ ਨੂੰ ਉਤਾਰਦਾ ਸੀ ਨੌਕਰਾਂ ਦੇ ਡਿਪੈਂਡਿੰਗ ਕਰਦਾ ਸੀ ਫੜਦਾ ਸੀ ਜੋਰਜ ਖੁਦ ਬੁੰਦਾ ਸੀ ਪਾਣੀ ਖੁਦ ਬੁਲਾਉਂਦਾ ਸੀ ਬਦਾਮ ਖੁਦ ਦਿੰਦਾ ਸੀ ਵਿਸਰਾ ਨਹੀਂ ਸੀ ਇੱਕ ਮੈਨੂੰ ਵਸੀਅਤ ਕਰਕੇ ਗਿਆ ਜਾਣ ਲੱਗਾ ਇੱਕ ਗੱਲ ਮੈਂ ਨੇ ਕੀਤੀ ਮੈਂ ਕਿਹਾ ਉਸਤਾਦ ਜੀ ਮੇਰੀ ਗੱਲ ਸੁਣ ਲੈਣਾ ਕਦੀ ਬੁੜੀਆਂ ਕੇ ਬਦਾਮ ਨਾ ਤੋੜਨਾ ਜੋ ਬਦਾਮ ਤੋੜੋ ਨਾ ਕਿਹਦੇ ਵਜਾ ਜੀ ਸੁਣੋ ਸੇ ਨਾ ਬਈ ਬਦਾਮ ਜੋ ਤੋੜੋ ਔਰਤਾਂ ਨਾ ਦੇਖਦੀਆਂ ਹੁਣ ਕਰਦੀਆਂ ਮੈਂ ਕਿਹਾ ਕੀ ਵਜਾ ਉਹਨੇ ਕਿਹਾ ਬਦਾਮ ਆਪਾਂ ਮਣ ਦੋ ਮਣ ਲਿਉਂਦੇ ਐ ਮੀਂਹ ਨਾ ਲੱਗਦਾ ਤੇ ਛਿਲਕੇ ਉਹਦੇ ਲੱਗ ਜਾਂਦਾ ਪਹਾੜ ਦੇ ਜਿਹੜਾ ਢੇਰ ਹਾਂਜੀ ਤੋ ਜਦੋਂ ਬੁੜੀਆਂ ਦੇਖਦੇ ਹੋ ਕਿੰਨੇ ਲੈ ਆਪਣੇ ਪੁੱਤਰਾਂ ਨੂੰ ਖਲਾਵੇ ਤੇ ਸ਼ੇਰ ਬਣ ਜਾਣ ਇਹਦਾ ਹੀ ਤਿੰਨਾਂ ਤਰ ਲਾਉਂਦੀਆਂ ਕਬੂਤਰ ਮਰ ਜਾਂਦੇ ਕਈ ਇਸ ਨਜ਼ਰ ਦਾ ਇਹ ਵਾਸਤੇ ਬਦਾਮ ਲੋਕ ਕੇ ਤੋੜੋ ਤੇ ਛੁਪਾ ਦਿਓ ਛਿਲਕੇ ਜ਼ਾਇਆ ਕਰ ਦਿਓ ਇਹ ਬੁੜੀਆਂ ਨੂੰ ਪਤਾ ਲੱਗ ਜਾਂਦਾ ਜੀ ਵੀ ਇੰਨੇ ਬਦਾਮ ਨਿਆਣੇ ਹੁੰਦੇ ਹੀ ਨੇ ਨਿਆਣੇ ਸ਼ੇਰ ਬਣ ਜਾਣ ਇਹ ਵਾਸਤੇ ਜਿਹੜੇ ਸ਼ੌਕੀਨ ਲੋਕ ਨੇ ਨਾ ਜੀ ਉਹ ਔਲਾਦ ਨਜ਼ਰ ਅੰਦਾਜ਼ ਕਰਦੇ ਕੂਤ ਨਾ ਅੰਦਾਜ਼ ਨਹੀਂ ਕਰਦੇ ਇਹ ਨਹੀਂ ਹਾਂ ਜੀ ਕਬੂਤਰਾਂ ਦੀ ਖੁਰਾਕ ਨੂੰ ਮੇਨਟੇਨ ਜ਼ਰੂਰ ਰੱਖਦੇ ਨੇ ਉਦਾਂ ਉਹਨਾਂ ਦੀ ਆਪਣੇ ਬੱਚਿਆਂ ਨੂੰ ਦਾ ਆਡਾ ਖਿਆਲ ਨਹੀਂ ਕਰਦੇ ਐਸੇ ਹੈ ਬੰਦੇ ਕਰਨਾ ਚਾਹੀਦਾ ਜੀ ਬੱਚਿਆਂ ਦਾ ਜਿਹਨੇ ਅਕਬਰ ਬਾਦਸ਼ਾਹ ਨੇ ਕਹੀ ਆ ਹਾਂ ਜੀ ਵਿਸ਼ਕ ਬਾਦੀ ਮਤਲਬ ਕਬੂਤਰਾਂ ਦੀ ਸ਼ਕੋਏਗਾ ਤੇ ਉਹ ਬਾਕੀ ਸਹੀ ਗੱਲ ਹੈ ਮਕਰੂਜ਼ ਹੋ ਕੇ ਵੀ ਬੰਦੇ ਕਬੂਤਰਾਂ ਦੀ ਖਿਦਮਤ ਕਰਦੇ ਨੇ ਤੇ 우ਸਤਾਦ ਅਬਦੁੱਲਾਹ ਰੱਦੁੱਲਾ ਨਵਾਰੀ ਹਾਂ ਦੁੱਲੇ ਦਾ ਜ਼ਰੂਰ ਦਾ ਸੈਵਨ ਰਹਿ ਗਿਆ ਦੁੱਲਾ ਉੱਥੇ ਫਰੀਦਕੋਟ ਦੇ ਉਸਤਾਦ ਸੀ ਔਰ ਪਾਕਿਸਤਾਨ ਦੇ ਵਿੱਚ ਵੀ ਮੈਂ ਸਮਝਦਾ ਉਹ ਕੋਟ ਨਿਆਲ ਸਿੰਘ ਤਹਿਸੀਲ ਕੋੜਾ ਜ਼ਿਲ੍ਹਾ ਉਖੜਾ ਹਾਂ ਜੀ ਸ਼ਹਿਰ ਦੇ ਅੰਦਰ ਰਹਿੰਦਾ ਸੀ ਬਲਕਿ ਪੰਚਕ ਕਹਿ ਲੋ ਪੰਚਕ ਕਹਿ ਲੋ ਲੇਕਿਨ ਉਹ ਕੋੜ ਨਿਆਲ ਸਿੰਘ ਕਹਿੰਦੇ ਉਹਨੂੰ ਉੱਤੇ ਸ਼ੇਖ ਅਰਸ਼ਦ ਸਾਹਿਬ ਸ਼ੇਖ ਕੈਸਰ ਸਾਹਿਬ ਬਾਬਾ ਰਫੀਕ ਮੇਰੇ ਬੜੇ ਬਜ਼ੁਰਗ ਦੋਸਤ ਸੀ ਇੰਡੀਆ ਚ ਆਏ ਸੀ ਉਹ ਅਸਲ ਇਸ ਇੱਥੇ ਜ਼ਿਆਦਾ ਆਬਾਦ ਆ ਕੇ ਹੋਏ ਨੇ ਉਹਨਾਂ ਦੇ ਜ਼ਿਆਦਾ ਕਰ ਸੀ ਜ਼ਿਆਦਾ ਹੋਲਡ ਸੀ ਸ਼ੇਖਾਂ ਦਾ ਤੇ ਉਹ ਦੋ ਭਾਈ ਸਨ ਇੱਕ ਕੈਸਰ ਦਾ ਵਾਲਦ ਤੇ ਇੱਕ ਜਿਹੜੇ ਸਾਡੇ ਚੇਅਰਮੈਨ ਰਹਿ ਬਲਦੀ ਪੈ ਸ਼ੇਖ ਮਕਬੂਲ ਸਾਹਿਬ ਇਹਨਾਂ ਦਾ ਵਾਲਦ ਰਫੀਕ ਇਹਨਾਂ ਨਾਲ ਸਾਡਾ ਬੜਾ ਆਣ ਜਾਣ ਸੀ ਬਹੁਤ ਬਜ਼ੁਰਗਾਂ ਨਾਲ ਤਲਕ ਵਾਸਤਾ ਸੀ ਤੇ ਇਹ 우ਸਤਾਦ ਦੁਲਾ ਉਥੇ ਰਹਿੰਦਾ ਸੀ ਸਹੀ ਜੀ ਤੇ ਪਾਕਿਸਤਾਨ ਦੇ ਵਿੱਚ ਇੱਕ ਵਾਹਦ 우ਸਤਾਦ ਹੋਆ ਜਿਹਨੇ شدید ਗਰਮੀ 'ਚ ਕੂਤਰਾਂ ਨੂੰ ਬਾਦਾਮ ਦੇ ਕੇ شدید ਗਰਮੀ 'ਚ 40 40 ਕੂਤਰਾਂ ਦਾ ਮੁਕਾਬਲਾ ਕਰਾਇਆ ਤੇ ਸਾਬਤ ਕਰ ਦਿੱਤਾ ਹਰ ਹਾਰ ਹਰ ਹਾਰ ਤਾਂ ਆ ਗਈ ਹੋਗੀ ਲੇਕਿਨ ਬਾਦਾਮਾਂ ਦੀ وجہ ਤੋਂ ਨਹੀਂ ਕੀ ਬਾਤ ਹੈ ਬਾਦਾਮਾਂ ਦੀ وجہ ਤੋਂ ਹਾਰ ਨਹੀਂ ਆਈ ਇਹ ਰਖਾਇਸ਼ ਦੇ ਕੇ ਕੂਤਰ ਅੱਛਾ ਹਾਂ ਬਾਦਾਮ ਸਾਤ ਅੜ ਜ਼ਰੂਰ ਦੇਣੇ ਤੇ ਦੂਸਰੀ ਗੱਲ ਹੋਰ ਇੱਕ ਜਿਹੜਾ ਕਰਿਆੰਦਾਂ ਦਾ ਸੀ ਨਾ ਬਾਹਰ ਦਾ ਦੁਕਾਨਦਾਰ ਹਾਂਜੀ ਉਹ ਗਰੀਬ ਲੋਕ ਸਨ ਉਹ ਆ ਬਾਬਾ ਦੁੱਲੇ ਦੀ ਬੀਬੀ ਨੇ ਸੌਦਾ ਸੌਦਾ ਲਈ ਰੱਖਣਾ ਉਹ ਕੋ 2000 ਦਾ ਬਿੱਲ ਹੋ ਬੜਾ 2000 ਬੜਾ ਰੁਪਏ ਦਾ ਉਸ ਟਾਈਮ ਚ ਬਹੁਤ ਜ਼ਿਆਦਾ ਵੱਧ ਜਾਣਾ ਮਹੀਨੇ ਦਾ ਕਚੌੜ ਲੈਣ ਤੇ ਦਾਲ ਲੈਦੀ ਤੇ ਉਹਨੇ ਕਹਿਣਾ ਬਈ ਨਾ ਲੈ ਕੇ ਬੀਬੀ ਦਾ ਪਹਿਣ ਪੈਸੇ 12-1300 ਹੋਇਆ ਆ ਹੀ ਦੇਣਗੇ ਤੇ ਉਹਨੇ ਕਹਿੰਦੇ ਕਬਰਾਨਾ ਪਰਸੋਂ ਬਾਬੇ ਦੁੱਲੇ ਨੇ ਜਾਣਾ ਵਾ ਤੁਹਾਡੇ ਬਾਬੇ ਨੇ ਘੋੜਾ ਲੈ ਕੇ ਉਕਬੂਤ ਲੋ ਆਸੀ ਨਾ ਬਾਬਾ ਕੁਆੜਾ ਤੇ ਸਾ ਆਰੀ ਥੋੜੀ ਇਹਦਾ ਨਾਸ ਨਾ ਰੱਖੇ ਸੀ ਉਹ ਕੁਆੜਾ ਲੈ ਕੇ ਜਾ ਰਿਹਾ ਇਧਰ ਤੇ ਅੱਲਾ ਦੇ ਹੁਕਮ ਨਾ ਕਰਦਾ ਸਾਰਾ ਲਾ ਦੇ ਆਂਗੀ ਤੇ ਜਦੋਂ ਪਰਸੋਂ ਤੂੰ ਆਉਣਾ ਤੇ ਉਹਨੇ ਪੁੱਛਣਾ ਬੀਬੀ ਆ ਗਿਆ ਦੁੱਲਾ ਉਹਨੇ ਕਾ ਕੁਆੜਾ ਸਾਰੇ ਵਢਿਆ ਆ ਫੜ ਆ ਫੜ ਆਪਣਾ 2200 ਕਿਆ ਬਾਤ ਆ ਤੇਰਾ 2200 ਫੜ 2000 ਨਹੀਂ 2200 ਫੜ ਦੋ ਮੈਂ ਹਾਂ ਮਤਲਬ ਹੈ ਗੱਲ ਤੇ ਸੁਣ ਉਹਦਾ ਦੇ ਉਸਤਾਦ ਕਿੱਥੋਂ ਲੱਭੀਏ ਇਹ ਬੰਦਾ ਹਾਂਸ ਮੁਖ ਸਗਾ ਬੜਾ ਹਾਂਸ ਮੁਖ ਤੇ ਮਤਲਬ ਬੜਾ ਤੇਜ਼ ਬੰਦਾ ਸੀ ਹੁਸ਼ਿਆਰ ਸੀ ਤੇ ਜਦੋਂ 452 ਟੂਰਨਾਮੈਂਟ ਹੋਇਆ ਨਾ ਹਾਲ ਪਾਕਿਸਤਾਨ ਤੇ ਮੈਨੂੰ ਕਹਿਣ ਲੱਗਾ ਮੈਨੂੰ ਕਿਸੇ ਉਸਤਾਦ ਜੀ ਛੱਪੜ ਦੇ ਗਵਾਂਡ ਮੈਨੂੰ ਕੋਈ ਮਕਾਨ ਲੈ ਕੇ ਦੇਣਾ ਇਹ ਉਸਤਾਦ ਅੱਲਾਹ ਦੁੱਲੇ ਨੇ ਮੈਨੂੰ ਗੱਲ ਕੀਤੀ ਮੈਂ ਕਿਹਾ ਉਸਤਾਦ ਜੀ ਛੱਪੜ ਦੇ ਗਵਾਂਡ ਘਰ ਤਾਂ ਨਹੀਂ ਲੱਭਣਾ ਉੱਥੇ ਜਿਹੜਾ ਇੱਕ ਨਾ ਜੀ ਡਿਸਪੋਜ਼ਲ ਸੀ ਲੱਗਾ ਹਾਂਜੀ ਉਹਦਾ ਕਮਰਾ ਸੀਕ ਜਿਹੜੀ ਮਸ਼ੀਨ ਜੀ ਲੱਗੀ ਸੀ ਮੈਂ ਕਿਹਾ ਕਹਿੰਦਾ ਜੀ ਆ ਇਹ ਮਿਲ ਜਾਂਦਾ ਬਿਹਤਰ ਆ ਮੈਂ ਕਿਹਾ ਇਹ ਕਿਹੜਾ ਕਿਰਾਇਆ ਤਾਂ ਲੈਣ ਦੀ ਲੋੜ ਆ ਇਹ ਤਾਂ ਆਪਣੇ ਕੋਲ ਉਸਤਾਦ ਇੱਥੇ ਆਉਣ ਦੀ ਵਜ੍ਹਾ ਕੀ ਉਹਨੇ ਕਹਿੰਦਾ ਗੱਲ ਸੁ ਬੰਦਾ ਚੰਗਾ ਨਹੀਂ ਲੱਗਦਾ ਪਾਣੀ ਤੋਂ ਕੂਤਰ ਡਰਾਉਂਦਾ ਫਿਰੇ ਮੇਰੇ ਕਬੂਤਰ ਮੇਰੀ ਦਵਾਈ ਨਾਲ ਕੱਚੇ ਕੂਤਰ ਪਾਣੀ ਤੇ ਆਉਂਦੇ ਤਾਂ ਮੈਂ ਇਹਨਾਂ ਨੂੰ ਇੱਥੇ ਜੂਤ ਮਾਰ ਮਾਰ ਕਰਦਾ ਨਾ ਸਿੱਧੇ ਤੇ ਜੇ ਮੇਰਾ ਕਿਤੇ ਹੋਰ ਘਰ ਹੋਇਆ ਮੈਂ ਕਿੱਥੇ ਆਵਾਂਗਾ ਤੇ ਮੈਨੂੰ ਡਰਾਉਣ ਦੇਣਾ ਕਿਸੇ ਨੇ ਨਹੀਂ ਡਰਾਉਣ ਦੇਣਾ ਜੀ ਕਿਤੇ ਕਰ ਲੈ ਸਿੱਧੇ ਹੁੰਦੇ ਉਹਦੇ ਤਾਂ ਠੀਕ ਹਾਰ ਦੇ ਤਖੇਲ ਉਸਤਾਦ ਬੜਾ ਪੁਰਾਣਾ ਉਸਤਾਦ ਸੀ ਉਸਤਾਦ ਦਾ ਸੋਜੇ ਦਵਾਈ ਉਸਤਾਦ ਦਾ ਮੋੜ ਉਸਤਾਦ ਦੇ ਬੇਸ਼ਮਾਰ ਦੇਸੀ ਨੁਸਖੇ ਕਿਆ ਬਾਤ ਕਾਮਯਾਬ ਨੁਸਖੇ ਸੀ ਮੈਨੂੰ ਆਖਰੀ ਦਵਾ ਮੁਲਾਕਾਤ ਹੋਈ ਮੈਨੂੰ ਕਹਿਣ ਲੱਗਾ ਜੀ ਉਸਤਾਦ ਜੀ ਮੈਂ ਇੱਕ ਕੁਰਾਨ ਜੋ ਨੁਸਖਾ ਲਬਲਿਆ ਕਬੂਤਰਾਂ ਦਾ। ਕੀ ਬਾਤ ਹੈ। ਮੈਂ ਹੁਣ ਨਹੀਂ ਹੋਰ ਦੁਆ ਦੇਣਾ ਮੈਂ ਕਿਹਾ ਉਸਤਾਦ ਜੀ ਕੁਰਾਨ ਚੁਕੀ ਲਬਲਿਆ। ਉਹਨੇ ਕਿ ਮੈਂ ਦਾਲਚੀਨੀ ਪੀਸ ਲਈ ਆ ਤੇ ਵਿੱਚ ਸ਼ਹਿਦ ਮਲਾ ਕੇ ਗੋਲੀਆਂ ਬਣਾ ਲਈਆਂ। ਜਦੋਂ ਕਬੂਤਰ ਗਰਮ ਕਰ ਦਿੰਦਾ ਕੋਈ ਕੋਈ ਦੋ ਨਲਕੇ ਚਾਰ ਨਲਕੇ ਪਾਣੀ ਨਹੀਂ ਪਾ ਕੇ ਨਾ ਜੀ ਉਹ ਗੋਲੀ ਜਿਹੜੀ ਸ਼ਹਿਦ ਤੇ ਦਾਲਚੀਨੀ ਦੀ ਉਹ ਵੇਸੜ ਦਿੰਨਾ। ਦੋ ਚਾਰ ਵਾਰ ਇਹ ਖਾਂਦੀ ਉਹਦੇ ਮਕਾੜਾ ਬਣਾ ਕੇ ਦੇ ਦਿੰਨਾ ਤੇ ਉਸਤਾਦ ਜੀ ਕੁਰਾਨ ਦੇ ਨੁਸਖਾ ਹੈ। ਸ਼ਹਿਦ ਹੈ ਨੇ ਵਿੱਚ। ਕੀ ਬਾਤ ਹੈ। ਇਹ ਮੈਨੂੰ ਖੁਦ ਗੱਲ ਕੀਤੀ ਹੁੰਦੀ। ਕੀ ਬਾਤ ਹੈ। ਇਹ ਤੁਹਾਡੇ ਅਸलम ਦਾ ਉਸਤਾਦ ਸੀ ਉਸਤਾਦ ਅਸलम ਸਾਹਿਬ ਹਾਂਜੀ ਸਾਹਿਬ ਮਾਸ਼ਾਅੱਲ੍ਲਾ ਉਸਤਾਦ ਜੀ ਅਗਲੇ ਸਵਾਲ ਦੀ طرف ਚੱਲਦੇ ਹਾਂ ਜੀ ਕਿ ਕਈ ਕਬੂਤਰੀਆਂ ਅੰਡੇਆਂ ਤੋਂ ਰਹਿ ਜਾਂਦੀਆਂ ਕਈ ਕਬੂਤਰੀਆਂ ਕੱਚੇ ਅੰਡੇ ਲਾਂਦੀਆਂ ਕਈਆਂ ਦੇ ਰਸੋਲੀ ਬਣ ਜਾਂਦੀ ਆ ਇਹਨਾਂ ਦੇ ਬਾਰੇ ਵੀ ਕੋਈ ਚਾਹ ਇਹ ਦੇਖੋ ਇਹ ਮੁxtਲਫ ਬਿਮਾਰੀਆਂ ਨੇ ਹਾਂਜੀ ਇਹ ਇਹਦੀ ਵਜੂਹਾਂ ਪਹਿਲਾਂ ਪਤਾ ਲੱਗਣੀ ਚਾਹੀਦੀ ਸਹੀ ਗੱਲ ਹੈ ਜੀ ਕੁਝ ਕਬੂਤਰੀਆਂ ਪਹਿਲੇ ਨਾ ਹੀ ਅੰਡੇ ਲਾਉਂਦੀਆਂ ਹਾਂਜੀ ਕੁਛ ਕਬੂਤਰੀਆਂ ਪੁਰਾਣੀਆਂ ਉਹਨਾਂ ਦੇ ਅੰਡੇ ਮੁੱਕ ਜਾਂਦੇ ਗੋਰਾ ਕਹਿੰਦਾ ਅਸੀਂ ਅੰਡੇ ਲਾਉਂਦੀ ਕੋਲ ਕਬੂਤਰੀ ਹਾਂਜੀ ਤੇ ਇੱਕ ਕੂਤਰੀ ਤੁਸੀਂ 15 ਸਾਲ ਮਲਾਈ ਰੱਖੀ ਬੱਚੇ ਕਢਾਈ ਰੱਖੇ ਹੋਰ ਚੋ ਕੀ ਕਰਨਾ ਤੁਸੀਂ ਉਹਦੇ ਬੰਟੇ ਕਰਨੇ ਵਿੱਚੋਂ ਦਿਓ ਹਾਂ ਅਗਰ ਕੋਈ ਕੂਤਰੀ ਕਿਸੇ ਬਿਮਾਰੀ ਦੇ ਬੱਚੇ ਰੋਗ ਜਾਏ ਉਹਦਾ ਇਲਾਜ ਹੈ ਦੇਖੋ ਨਾ ਜੀ ਅਸੀਂ ਹੁਣ ਕਹਿੰਦੇ ਜੀ ਹਲਦੀ ਬਹੁਤ ਮੌਸਲ ਦਾ ਇਲਾਜ ਆ ਕੁਸ਼ਤਾ ਬੈਜ਼ਾ ਮੁਰਗ ਕੋਈ ਲੋੜ ਨਹੀਂ ਬਾਜ਼ਾਰੋਂ ਲੈਣ ਦੀ ਚਾਰ ਪੰਜ ਖੋਲ ਅੰਡੇ ਤੇ ਪੀਸੋ ਕੁਸ਼ਤਾ ਬੈਜ਼ਾ ਮੁਰਗ ਬਣ ਗਿਆ ਕੁੰਡੀ ਅੰਡਿਆਂ ਦੇ ਖੋਲ ਜਿਹੜੇ ਬਾਹਰ ਸਿਰ ਦੇ ਗਲੀਚ ਉਜੇ ਹਲਦੀ ਪਾ ਲੋ ਕੁਛ ਤਾਂ ਸਰਦ ਪਾ ਲੋ ਕੈਪਸੂਲ ਪਰ ਲੋ ਇਹ ਬਿਹਤਰੀਨ ਰਾਜ ਅੰਡਾ ਨਾ ਲਾਉਣ ਵਾਲਾ ਜਿਹੜੇ ਮਾਦੀ ਅੰਡੇ ਨਾ ਲਾਵੇ ਅਗਰ ਮਾਦੀ ਦੇ ਅੰਦਰ ਕੋਈ ਕੀੜੇ ਮਕੌੜੇ ਆ ਇਹ ਪਹਿਲਾਂ ਦੂਰ ਕਰੋ ਹਾਂਜੀ ਫਿਰ ਇਲਾਜ ਕਰੋ ਪਹਿਲਾਂ ਕੀੜੇ ਮਾਰੋ ਕੀੜੇ ਉਹ ਮਾਦੀ ਦਾ ਜਿਹੜਾ ਮਵਾਦ ਅੰਡੇ ਦਾ ਖਾ ਜਾਂਦੇ ਨੇ ਮਾਦੀ ਅੰਡਾ ਕਿੱਥੋਂ ਲਾਏਗੀ ਆਡ ਵਰਮਿੰਗ ਕਰੋ ਉਹਦੀ ਉਹਨੂੰ ਸਾਫ਼ ਸੁਥਰਾ ਕਰੋ ਫਿਰ ਉਹਨੂੰ ਤੁਸੀਂ ਇਹ ਕਰੋ ਤੇ ਇਨਸ਼ਾਅੱਲਾ ਮਾਦੀ ਅੰਡੇ ਲਾਏਗੀ ਤੇ ਜੇ ਕਿਸੇ ਦਵਾਈ ਨਾਲ ਨਾ ਨਾ ਆਵੇ ਤਾਂ ਫਿਰ ਇੱਕ ਮੇਰਾ ਤਜਰਬਾ ਉਹ ਤਾਂ 100 ਵਿੱਚ ਲਾਏਗੀ ਕੀ ਬਾਤ ਲੇਰ ਖਰਾਕ ਜਿਹੜੀ ਮੁਰਗੀਆਂ ਦੀ ਖੁਰਾਕ ਆ ਜਿਹੜੀ ਮੁਰਗੇ ਤੋਂ ਬਗੈਰ ਆਂਡੇ ਲਾਉਂਦੀਆਂ ਮੁਰਗੀਆਂ ਹਾਂਜੀ ਉਹ ਪਾਉਣ ਲੱਗ ਪੋਰਥਾਂ ਦੇ ਜਿਹੋਨੇ ਆਪੇ ਲਾ ਦੇਣਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਾਂ ਟ੍ਰੀਟਮੈਂਟ ਫਕਸਨ ਹੋ ਗਿਆ ਰਸੋਲੀ ਵਗੈਰਾ ਬਣ ਗਈ ਇਹ ਰਸੋਲੀ ਦਾ ਇਲਾਜ ਜਿਹੜਾ ਅਸੀਂ ਨਾਲ ਅਸੀਂ ਦੇਖਿਆ ਆਕਸਾਫੈਕਸ ਨਾਲ ਕੱਟੇ ਦਵਾਈ ਹੈ ਹਾਂਜੀ ਲੇਕਿਨ ਉਹ ਕਹਿੰਦੇ ਕਿ ਟਿਊਮਰ ਤਹਲੀਲ ਕਰਦੀ ਲੇਕਿਨ ਸੇਰ ਸਾਹਿਬ ਸਾਡੇ ਕੋਲ ਬੈਠੇ ਨੇ ਸਾਡੇ ਕੋਲ ਤਾਂ ਜਦੋਂ ਕੋਈ ਰਸੋਲੀ ਹੋ ਜਾਏ ਇਹ ਅਸੀਂ ਇਹ ਤਾਂ ਆਪਰੇਟ ਕਰ ਲੈਂਦੇ ਉਸੇ ਲਈ ਕੱਢ ਕੇ ਬਾਹਰ ਮਾਰ ਕੇ ਟਾਂਕੇ ਲਾਉਂਦੇ ਮੁੜ ਕੇ ਸੀ ਬੱਚੇ ਕਢਾਈ ਦੇ ਕਈ ਵਾਰੀ ਕੋਈ ਬੇਸ਼ ਬੇਸ਼ ਮਾਰਵਾ ਕੇ ਆ ਹੁਣ ਕਿੰਦੀ ਰਸੋਲੀ ਅਗਲੇ ਦਿਨ ਪੁੱਤਰੀ ਹੈ ਕੀ ਕਰੀਏ ਆਪਰੇਟ ਕਰ ਲੈਂਦੇ ਆਪਰੇਟ ਕਰ ਲੈਂਦੇ ਹਰ ਚੀਜ਼ ਫਿਰ ਨਹੀਂ ਫਿਰ ਇਹ ਵੀ ਆ ਕਿ ਆਪਰੇਟ ਕਰਨ ਦੇ ਔਲਾਦ ਵੀ ਪੂਰੇ ਰੱਖ ਤਗਾ ਰੱਖਿਆ ਹਰ ਚੀਜ਼ ਰੱਖੀ ਹੈ ਮਗਰ ਹਲਦੀ ਤੋਂ ਬਗੈਰ ਪਰੇਟ ਨਹੀਂ ਹੁੰਦਾ ਜਿੱਥੇ ਜ਼ਖਮ ਹੋ ਗਿਆ ਹਲਦੀ ਦਾ ਇਸਤੇਮਾਲ ਜੇ ਜੇ ਜਿੱਥੇ ਜ਼ਖਮ ਹੋ ਗਿਆ ਨਾ ਜੀ ਲੱਕੜ ਪਾੜ ਦਿੰਦੇ ਕਿਦਾਂ ਪਾੜੇ ਕਰ ਦਿੰਦੇ ਹਲਦੀ ਪਾੜਦੇ ਦੀ ਠੀਕ ਹੋ ਜਾਂਦੇ ਕੋਈ ਡਾਕਟਰ ਕਰਦੇ ਠੀਕ ਹਲਦੀ ਅੱਲਾਹ ਪਾਗ ਦੀ ਬਹੁਤ ਬੜੀ ਨੇਮਤ ਹੈ ਬਹੁਤ ਬੜੀ ਨੇਮਤ ਹੈ ਜੀ ਇਹ ਅਸੀਂ ਲੋਕਾਂ ਨੇ ਅਸੀਂ ਲੋਕਾਂ ਨੇ ਹਾਂਡੀ ਚ ਪਾਣੀ ਇਹ ਮੈਂ ਇੱਕ ਹੋਰ ਤੁਹਾਨੂੰ ਗੁਜ਼ਾਰਿਸ਼ ਕਰਾਂ ਇਹ ਹਲਦੀ ਮਰਚ ਨਮਕ ਲਸਣ ਗੰਡਾ ਪਿਆਜ਼ ਇਹ ਚਸਕੇ ਵਾਸਤੇ ਨੇ ਬਣਾਇਆ ਗਿਆ ਇਹ ਤਬੀਬਾਂ ਨੇ ਹਾਂਡੀ ਬਣਾਈ ਆ ਤਬੀਬਾਂ ਨੇ ਹਕੀਮਾਂ ਨੇ ਜਿਹੜੇ ਲੋਕ ਇਹਨਾਂ ਦੇ ਬਾਦਸ਼ਾਹਾਂ ਦੇ ਤਬੀਬ ਸਨ ਨਾ ਉਹਨਾਂ ਨੇ ਇਹ ਤਜਵੀਜ਼ ਕੀਤੀ ਇਹਨੀ ਮਿਰਚੇ ਨਾ ਤਾਕੇ ਇਨਸਾਨ ਦੇ ਅੰਦਰ ਵਰਮ ਵੀ ਨਾ ਬਣ ਅਲਸਰ ਨਾ ਬਣੇ ਇਨਸਾਨ ਦੇ ਕੀੜੇ ਮਕੌੜੇ ਨਾ ਪੈਣ ਨਮਕ ਦੀ ਨਾ ਕਮੀ ਹੋਵੇ ਹਰ ਚੀਜ਼ ਦਾ ਇੱਕ ਮਕਸਦ ਆ ਹਲਦੀ ਦਾ ਇੱਕ ਮਕਸਦ ਆ ਲਾਲ ਮਿਰਚ ਦਾ ਮਕਸਦ ਆ ਇਹਦਾ ਥੋਮ ਦਾ ਮਕਸਦ ਆ ਪਿਆਜ਼ ਦਾ ਮਕਸਦ ਆ ਇਸ ਵਾਸਤੇ ਨੂੰ ਚਸਕਾ ਨਾ ਬਣਾਓ ਇਹਨਾਂ ਦਾ ਮਕਸਦ ਆ ਤੇ ਜੇ ਤੁਸੀਂ ਆਪ ਖਾਂਦੇ ਹੋ ਤਾਂ ਪ੍ਰਿੰਨ ਨੂੰ ਕਿਉਂ ਦਿੰਦੇ ਉਹਨਾਂ ਨੂੰ ਦੇ ਦਿਓ ਸਹੀ ਗੱਲ ਆ ਇਨਫੈਕਸ਼ਨ ਦਾ ਇਲਾਜ ਇਨਫੈਕਸ਼ਨ ਦਾ ਕਰੋ ਅਗਰ ਕੈਲਸ਼ੀਅਮ ਦੀ ਕਮੀ ਤੇ ਕੈਲਸ਼ੀਅਮ ਦਿਓ ਅਗਰ ਮਸਲਾਂ ਦੀ ਦਾਲ ਪਾਲੋ ਫਾਂਮੀ ਕਿਸੇ ਲੰਡਾ ਨੀ ਨਕਸ ਹੋਵੇ ਕੱਲੀ ਮਸਲਾਂ ਦੀ ਦਾਲ تقریبا ਤੁਸੀਂ ਸਾਰੇ ਨੁਸਖੇ ਦੱਸ ਮੈਂ ਤਾਂ ਤੁਹਾਨੂੰ ਦੱਸਿਆ ਆਖਰੀ ਮੇਰੇ ਕੋ ਹੱਲੇ ਹੀ ਆ ਜੇ ਨਾ ਕਰਦੇ ਜਿਹੜੇ ਮੁਰਗੀ ਆਦੇ ਆਂਡੇ ਲਾਉਂਦੇ ਲੀਅਰ ਲੀਅਰ ਆ ਜਿਹੜੇ ਕਿੰਨੇ ਨੰਬਰ 13 ਨੰਬਰ ਹਾਂਜੀ 13 ਨੰਬਰ 13 ਨੰਬਰ ਜਾਂ 14 ਦਿਓ ਉਹਨੂੰ ਪੱਪ ਕੱਲੀ ਨੂੰ ਪਾਓ ਕਬੂਤਰ ਛੱਡਣ ਦੀ ਲੋੜ ਨਹੀਂ ਪਾਉਂਡੇ ਵਿੱਚ ਜੋ ਦਿਖਾਈਓ ਆਪ ਵੀ ਬੁਢੀ ਆਪਣੀ ਕਰਦੀ ਉਹ ਖਲਾਉਂਦੇ ਨੇ ਉਹ ਖਾ ਵੀ ਖਾ ਕਿਆ ਬਾਤ ਓਸਤਾਦ ਇੱਕ ਮੇਰੇ ਕੋਲ ਉਧਰ ਗੱਲ ਰਹਿ ਗਈ ਸੀ ਮੈਂ ਛੱਡਦੇ ਪੰਜਾਬ ਵਾਲੇ ਤੁਹਾ ਮਾਦਰਤ ਖਾਮਾ ਉਧਰ ਮੇਰੇ ਕੋਲ ਜਿਹੜੀ ਮੈਂ ਗੱਲ ਕੀਤੀ ਨਾ ਜੀ ਬਲੀਪੁਰ ਚ ਇਤਿਹਾਸਕੀ ਬਾਜ਼ੀ ਪਹਿਲੀ ਲੋ ਫਲਾਈਟ ਦੀ ਪਹਿਲੀ ਬਾਜ਼ੀ ਬਲੀਪੁਰ ਫਰੀਦਕੋਟ ਚੁੜੀ ਸੀ ਉਹ ਦਰਸਲ ਮੈਨੂੰ ਬਜ਼ੁਰਗਾਂ ਨੇ ਮੇਰੀ ਕਮਾਨ ਕੀ ਕੀਤੀ ਹੈ ਉਹਨਾਂ ਨੇ ਇਹਨੂੰ ਹਿੰਦੁਸਤਾਨ ਚ ਕਿ ਉਹ ਬਲੀਪੁਰ ਨਹੀਂ ਸੀ ਬਰੀਵਾਲਾ ਸੀ ਗਰਪਾਲ ਹੈ ਜੀ ਆਪਣੇ ਦੋਸਤ ਨੇ ਹਾਂ ਜੀ ਉਹਨਾਂ ਦੇ ਨਾਨਾ ਜੀ ਨੇ ਉਹ ਹਾਂ ਜੀ ਉਹਨਾਂ ਨੇ ਕਿਹਾ ਜੀ ਉਹ ਬਰੀ ਬੋਲਨੀ ਸੀ ਬਰੀ ਵਾਲਾ ਬਰੀ ਵਾਲਾ ਸੀਗਾ ਉਹ ਇਸ ਵਾਸਤੇ ਤਾਂ ਹਾਂ ਜੀ ਤੇ ਫਿਰ ਬਰੀਪੁਰ ਤੇ ਬਰੀ ਵਾਲੇ فرق ਨਹੀਂ ਕੋਈ ਕਿਉਂਕਿ ਬਰੀ ਤਾਂ ਲਫ਼ਜ਼ ਦਾ ਬਰੀ ਦਾ ਹੈ ਇਸ ਵਾਸਤੇ ਹੋਰ ਕੋ ਗੱਲ ਹੈ ਤਾਂ ਦੱਸੋ ਉਸਤਾਦ ਜੀ ਅਗਲਾ ਸਵਾਲ ਇਹ ਵਾ ਕਿ ਵਿਕਾਸ ਮਲਕ ਨੇ ਸਾਡੇ ਪਾਕਿਸਤਾਨ ਤੋਂ ਬਲੂਨ ਕਰਦੇ ਨੇ ਲੈਂਦੇ ਪੰਜਾਬ ਦੇ ਕਮੈਂਟ ਕਰਦੇ ਨੇ ਸਾਡੇ ਵਿਊਅਰ ਨੇ ਉਹਨਾਂ ਨੇ ਇੱਕ ਸਵਾਲ ਕੀਤਾ ਜੀ ਕਿ ਭੈਣ ਭਾਈ ਦਾ ਜੋੜਾ ਲਾ ਸਕਦੇ ਹਾਂ ਉਹਦੇ ਬਾਰੇ ਵੀ ਕੋ ਰੋਸ਼ਨੀ ਪਾਓ ਬਿਲਕੁਲ ਲਾ ਸਕਦੇ ਹੋ ਅਗਰ ਤੁਸੀਂ ਅੜਾਉਣਾ ਨਾ ਹੋਵੇ ਰੱਖਣਾ ਹੋਵੇ ਤੇ ਉਹਨਾਂ ਦਾ ਭੈਣ ਪਾਈਆਂ ਦਾ ਮਲਾ ਕੇ ਉਹਨਾਂ ਨੂੰ ਰੱਖ ਸਕਦੇ ਹੋ ਸਾਂਭ ਸਕਦੇ ਹੋ ਲੇਕਿਨ ਉਹਨਾਂ ਨੂੰ ਫਿਰ ਤੁਸੀਂ ਅੱਗੇ ਜਦੋਂ ਅੜਾਉਣਗੇ ਤਾਂ ਕਿਸੇ ਕ੍ਰਾਸ ਕਰਕੇ ਫਿਰ ਪਾਉਣ ਦੇ ਵਿੱਚ ਕ੍ਰਾਸ ਤੇ ਕਰਦੇ ਇਹ ਨਹੀਂ ਕਿ ਫਿਰ ਤੁਸੀਂ ਭੈਣ ਭਰਾ ਮਲਾ ਦਿਓ ਅਧਰ ਕਿ ਭੈਣ ਭਰਾਵਾਂ ਦਾ ਜੋੜਾ ਲਾ ਸਕਦੇ ਪੰਖਿਆਂ ਦਾ ਰਿਸ਼ਤਾ ਜਿਹੜਾ ਹੁੰਦਾ ਨਾ ਜੀ ਹਾਂਜੀ ਇਹ ਆਪਾਂ ਕਰ ਸਕਦੇ ਆ ਕਰਦੇ ਇਸ ਵਾਸਤੇ ਨਹੀਂ ਕਿ ਇਨ ਬਲੀਡ ਨਾ ਹੋ ਜਾਏ ਇਦਾਂ ਹੀ ਹੈ ਜੀ ਜੇ ਤੁਸੀਂ ਭੈਣ ਭਰਾ ਮਲਾ ਲਏ ਤੇ ਬੱਚੇ ਰਖ ਲੈ ਦੋ ਕਟ ਲੈ ਤੇ ਉਹ ਜਦੋਂ ਐਂਦਾ ਉਹਨਾਂ ਨੂੰ ਇਸ ਸਮਾਰ ਕਰੋ ਉਦੋਂ ਕ੍ਰਾਸ਼ ਕਰੋ ਸਹੀ ਜੀ ਹੋਰ ਦੱਸੋ ਅਗਲਾ ਸਵਾਲ ਇਹ ਹੈ ਜੀ ਕਿ ਕੋਈ ਜੁਲਾਬ ਦੇ ਬਾਰੇ ਕੋਈ ਆਥੈਂਟਿਕ ਨਾ ਕੋਈ ਜੀ ਕੋਈ ਦਵਾਈ ਦੱਸ ਦਿਓ ਡਵਰਮਿੰਗ ਵਾਸਤੇ ਮਤਲਬ ਇਹ ਸਾਡੇ ਨੇ ਅੰਤਿ ਰੱਥੀ ਆ ਕੋਈ ਚੜ੍ਹਦੇ ਪੰਜਾਬ ਚ ਮੈਂ ਗੁਦਾਰਸ਼ ਕਰਾਂ ਜੀ